ਗਲੋਬਲ ਪੰਜਾਬ ਟੀਵੀ ਦੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਬੇਸ਼ੱਕ ਪੰਜਾਬ ਨਸ਼ਿਆਂ ਦੀ ਮਾਰ ਦਾ ਬੁਰੀ ਤਰ੍ਹਾਂ ਸਾਹਮਣਾ ਕਰ ਰਿਹਾ, ਪਰ ਨਸ਼ਿਆਂ ਦੇ ਮੁੱਦੇ ਤੇ ਕੀਤੀ ਜਾ ਰਹੀ ਸਿਆਸਤ 'ਚ ਇੱਕ ਹੋਰ ਨਵਾਂ ਚਿਹਰਾ ਕਮਲ ਸ਼ਰਮਾ, ਜਿਹੜੇ ਭਾਜਪਾ ਦੇ ਪ੍ਰਧਾਨ ਨੇ, ਉਹ ਜੁੜ ਗਿਆ, ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਪੀਏ ਅਤੇ ਭਾਜਪਾ ਦੇ ਆਗੂ ਜਿਮੀ ਸੰਧੂ, ਜਿਨ੍ਹਾਂ ਦੇ ਨਾਂ ਸਿਰਫ ਕੇਵਲ ਹੈਰੋਨ ਸਗੋਂ ਇਸ ਤਰ੍ਹਾਂ ਅਸਲਾ ਬਰਾਮਦ ਕਰਨ ਦੇ ਦੋਸ਼ ਦੇ 'ਚ ਰਿਸ਼ਵਤ ਨਾਲ ਜੁੜੇ 30 ਲੱਖ ਰੁਪਏ ਦਾ ਮਾਮਲਾ ਹੈ। ਦੋਨੇ ਮਾਮਲੇ ਵੱਖ ਵੱਖ ਹੈ। ਵਿਰੋਧੀ ਧਿਰਾਂ ਇਸ ਮਾਮਲੇ 'ਤੇ ਕਹਿ ਰਹੀਆਂ ਕਿ ਤੁਰੰਤ ਜਿਹੜਾ ਹੈਗਾ ਭਾਜਪਾ ਪ੍ਰਧਾਨ ਨੂੰ ਅਸਤੀਫਾ ਦੇਣਾ ਚਾਹੀਦਾ। ਦੂਜੇ ਪਾਸੇ ਭਾਜਪਾ ਪ੍ਰਧਾਨ ਦਾ ਕਹਿਣਾ ਕਿ ਉਹਨੇ ਕਿਤੇ ਕੁਝ ਨਹੀਂ, ਜਿੱਦਾਂ ਹਿੰਦੁਸਤਾਨ ਦੀ ਸਿਆਸਤ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਅਜੇ ਦੇਖਿਆ ਜਾਏਗਾ, ਜਾਂਚ ਹੋਏਗੀ, ਉਸ ਤੋਂ ਬਾਅਦ ਸਥਿਤੀ ਜਿਹੜੀ ਹੈਗੀ ਹੈ ਸਾਹਮਣੇ ਆਏਗੀ। ਪਰ ਇਹਦੇ 'ਚ ਵੀ ਕੋਈ ਦੌਰਾ ਨਹੀਂ ਕਿ ਪੰਜਾਬ ਦਾ ਨੌਜਵਾਨ ਅੱਜ ਉਸੇ ਤਰ੍ਹਾਂ ਨਸ਼ਿਆਂ ਦੀ ਮਾਰ ਦੇ ਨਾਲ ਮਰ ਰਿਹਾ। ਮੇਰੇ ਨਾਲ ਜਿਹੜੇ ਖਾਸ ਇਸ ਮੁੱਦੇ 'ਤੇ ਮਹਿਮਾਨ ਜੁੜੇ ਨੇ, ਵਿਨੀਤ ਜੋਸ਼ੀ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਪੋਕਸਮੈਨ ਨੇ, ਸਾਹਿਬ ਪਰਮਿੰਦਰ ਸਿੰਘ ਪਿੰਕੀ, ਜਿਹੜੇ ਕਿ MLA ਨੇ, ਅਤੇ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਨੇ। ਸਾਡੇ ਨਾਲ ਤੀਜੇ ਮਹਿਮਾਨ ਸਰਬਜੀਤ ਭੰਦੇਰ, ਜਿਹੜੇ ਚੰਡੀਗੜ੍ਹ ਦੇ ਸੀਨੀਅਰ ਜਰਨਲਿਸਟ ਨੇ। ਮੈਂ ਤਿੰਨਾਂ ਮਹਿਮਾਨਾਂ ਨੂੰ ਜੀ ਹਾਂ ਆਖਦਾ। ਜੋਸ਼ੀ, ਜਿੱਦਾਂ ਆਪਾਂ ਅੱਜ ਦੀ ਡਿਬੇਟ ਦਾ ਸਿਲਸਿਲਾ ਸ਼ੁਰੂ ਕਰਨ ਲੱਗੇ ਹਾਂ, ਕਮਲ ਸ਼ਰਮਾ ਬਾਰੇ ਜਿਹੜਾ ਬਹੁਤ ਕੁਝ ਮੀਡੀਆ ਦੇ ਅੰਦਰ ਉੱਭਰ ਕੇ ਸਾਹਮਣੇ ਆ ਰਿਹਾ, ਸਥਿਤੀ ਜਿੱਦਾਂ ਦੀ ਬਣੀ ਹੈ ਕਿ ਉਹਦੇ ਜਿਹੜਾ PA ਹੈਗਾ, ਡਰੱਗ ਕੇਸ ਦੀ ਗੱਲ ਹੈ, ਅਸਲਾ ਐਕਟ ਦੀ ਗੱਲ ਹੈ, ਉਹਦੇ ਨਾਲ ਲੱਗਦਾ ਨਹੀਂ ਹੈਗਾ ਕਿ ਜਿਹੜਾ ਭਾਜਪਾ ਪ੍ਰਧਾਨ ਹੈ ਪੰਜਾਬ ਦਾ ਉਹ ਕਟਹਿਰੇ 'ਚ ਖੜਾ ਹੋ ਗਿਆ। ਬੇਸ਼ੱਕ ਉਹ ਕਹਿ ਰਿਹਾ ਕਿ ਮੈਂ ਦੋਧਾ ਤੋਤਾ ਹੈ। ਦੋ ਅਲੱਗ ਅਲੱਗ ਮੁੱਦੇ ਨੇ ਜੀ, ਔਰ ਉਹਨਾਂ ਮੁੱਦਿਆਂ ਸਾਨੂੰ ਸਮਝਣਾ ਪੈਣਾ ਜੀ। ਪਹਿਲੀ ਗੱਲ, ਕੇਸ ਕੀ ਹੈ? ਕੇਸ ਇਹ ਹੈ ਕਿ ਵੀ ਕੋਈ ਇੱਕ ਡਰੱਗ ਸਮਗਲਰ ਪਕੜਾ ਗਿਆ ਔਰ ਉਹਨੂੰ ਬਚਾਉਣ ਵਾਸਤੇ ਉਹਨਾਂ ਨੇ ਪੈਸੇ ਦਿੱਤੇ। ਉਹਨਾਂ ਲੋਕਾਂ ਦਾ ਇਹ ਕਹਿਣਾ ਕਿ ਜਿਹੜਾ ਪੈਸੇ ਹੈ, ਅਸੀਂ ਇੱਕ ਬੰਦਾ ਲੱਖਾ ਉਹਦੇ ਥਰੂ ਕਮਲ ਸ਼ਰਮਾ ਜੀ ਦੇ ਜਿਹੜਾ ਸਾਬਕਾ PA ਹੁਣ BJP ਯੂਥ ਵਿੰਗ ਦਾ ਪ੍ਰਧਾਨ, ਉਹਨੂੰ ਅਸੀਂ ਪੈਸੇ ਦਿੱਤੇ ਹਾਂ ਜੀ। ਸੋ ਇਹ ਜਿਹੜਾ ਕੇਸ ਹੈ, ਇਹ ਨਸ਼ਾ ਤਸਕਰਾਂ ਨੂੰ ਛੁਡਾਉਣ ਵਾਸਤੇ ਪੈਸੇ ਲੈਣ ਦਾ ਜਾਂ ਬਰਾਈਬਰੀ ਦਾ ਕੇਸ ਹੈ, ਨਸ਼ਾ ਤਸਕਰੀ ਦਾ ਕੇਸ ਨਹੀਂ ਹੈ। ਪਹਿਲੀ ਗੱਲ ਸਮਝ ਜ਼ਰੂਰਤ ਹੈ। ਇੱਕ ਜੀ ਕਮਾਲ, ਦੂਸਰਾ ਦੂਸਰਾ ਜਿੱਥੇ ਤੱਕ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਕਮਲ ਸ਼ਰਮਾ ਜੀ, ਹੁਣ ਇਸ 'ਚ ਤਾਂ ਕੋਈ ਸ਼ੱਕ ਨਹੀਂ ਹੈ ਵੀ ਕਮਲ ਸ਼ਰਮਾ ਜੀ ਨੂੰ ਤੁਸੀਂ ਅਕਾਊਂਟੇਬਲ ਉਹਦੇ PA ਕਰਕੇ ਤਾਂ ਨਹੀਂ ਕਰ ਸਕਦੇ ਜੀ, ਇਹ ਗੱਲ ਤਾਂ ਪੱਕੀ ਹੈ। ਪਰ ਹਾਂ, ਇਸ ਪੂਰੇ ਸਿਨੈਰੀਓ 'ਚ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੀ ਇਮੇਜ ਨੂੰ ਹੁੰਦਾ ਕੀ ਹੈ ਨਾ, ਜਦ ਚਰਚਾ ਬਣਦੀ ਹੈ, ਚਰਚਾ ਬਣਦੀ ਹੈ ਬਾਰ ਬਾਰ, ਹੁਣ ਜਿਵੇਂ ਤੁਸੀਂ ਬਰਾਈਬਰੀ ਕੇਸ ਨੂੰ ਨਸ਼ੇ ਦਾ ਕੇਸ ਬਣਾਤਾ, ਇਸ ਤਰ੍ਹਾਂ ਆਮ ਜਨਤਾ 'ਚ ਇਹ ਮੈਸੇਜ ਜਾ ਰਿਹਾ ਜੀ ਜੀ, ਅਤੇ ਉਸ ਕਰਕੇ ਕਿਤੇ ਨਾ ਕਿਤੇ ਪਾਰਟੀ ਦੀ ਛਵੀ ਨੂੰ ਜ਼ਰੂਰ ਝਟਕਾ ਲੱਗ ਰਿਹਾ। ਪਰ ਇਹ ਕਹਿਣਾ ਕਿ ਕਮਲ ਸ਼ਰਮਾ ਜੀ ਇਨਵੋਲਵ ਨੇ, ਸ਼ਾਇਦ ਗਲਤ ਹੈ। ਵਿਨੀਤ ਜੀ, ਜਦੋਂ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਹੀਰੋਇਨ ਦਾ ਮਾਮਲਾ ਹੈਗਾ, ਉਹਦੇ ਤੋਂ ਛਡਾਉਣ ਦਾ ਮਾਮਲਾ ਹੈ, ਜਿਸ ਤਰੀਕੇ ਦੇ ਨਾਲ ਉਹ ਬੰਦਾ ਜਿਹੜਾ ਕਿ ਜਦੋਂ ਜੇਲ੍ਹ ਤੋਂ ਬਾਹਰ ਆਉਂਦਾ ਤਾਂ ਜਿਮੀ ਸੰਧੂ ਅਤੇ ਉਸਦੇ ਸਾਥੀ ਜਿੱਦਾਂ ਜਾ ਕੇ ਉਸਦਾ ਵੈਲਕਮ ਕਰਦੇ ਆ, ਹੁਣ ਮੈਂ ਕਿੱਦਾਂ ਮੈਂ ਜੋੜ ਰਿਹਾ ਇਸ ਕੇਸ ਨੂੰ? ਗੱਲ ਇਹ ਹੈ, ਦੇਖੋ ਜੀ, ਜਿਮੀ ਸੰਧੂ ਜੀ ਵੈਲਕਮ ਕਰਦੇ ਨਾ, ਕਮਲ ਸ਼ਰਮਾ ਜੀ ਤਾਂ ਵੈਲਕਮ ਨਹੀਂ ਕਰਦੇ ਜੀ ਜੀ। ਮੈਂ ਫਿਰ ਗੱਲ ਉੱਥੇ ਲੈ ਕੇ ਆ ਰਿਹਾ, ਓਕੇ ਓਕੇ, ਪੈਸੇ ਕਿੰਨੇ ਲਏ ਆ ਜੀ? ਉਹਨਾਂ ਨੇ ਕਿਹਾ ਜੀ ਕਮਲ ਸ਼ਰਮਾ ਜੀ ਦਾ PA ਨੂੰ ਪੈਸੇ ਦਿੱਤੇ ਨੇ, ਜਿਹੜਾ ਕਿ ਸਾਡੇ ਸਾਹਮਣੇ ਸਾਬਕਾ PA ਜੀ ਜੀ, ਠੀਕ ਹੈ ਨਾ? ਕਮਲ ਸ਼ਰਮਾ ਜੀ ਨੂੰ ਪੈਸੇ ਤਾਂ ਨਹੀਂ ਦਿੱਤੇ ਨਾ ਉਹਨਾਂ ਨੇ ਜੀ ਜੀ, ਇਹ ਤਾਂ ਕਲੈਰਿਟੀ ਹੈ ਨਾ? ਓਕੇ ਓਕੇ, ਤਾਂ ਫਿਰ ਕਮਲ ਸ਼ਰਮਾ ਜੀ ਕਿੱਥੇ ਇਨਵੋਲਵ ਨੇ? ਓਕੇ, ਆਪਾਂ ਪਿੰਕੀ ਜੀ ਤੋਂ ਪੁੱਛਦੇ ਹਾਂ, ਜਿਹੜੇ ਕਿ ਸਿਆਸਤ 'ਚ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਵੀ ਕਰਦੇ ਆ ਰਹੇ ਆ ਔਰ ਕਾਂਗਰਸ ਦੇ ਸੀਨੀਅਰ ਨੇਤਾ ਨੇ। ਇਤਫਾਕ ਦੀ ਗੱਲ ਹੈ ਕਿ ਪਿੰਕੀ ਜੀ, ਤੁਸੀਂ ਉਸ ਜ਼ਿਲ੍ਹੇ ਨਾਲ ਸੰਬੰਧਿਤ ਹੋ ਜਿਹੜੇ ਜ਼ਿਲ੍ਹੇ 'ਚ ਬਹੁਤ ਵੱਡੀ ਘਟਨਾ ਵਾਪਰਦੀ ਹੈ, ਤੁਸੀਂ ਕੀ ਕਹੋਗੇ? ਦੇਖੋ, ਜਿਹੜੀ ਨਸ਼ਿਆਂ ਦੀ ਗੱਲ ਹੈ, ਇਹ ਪੰਜਾਬ ਦੇ ਮੱਥੇ ਦੇ ਉੱਪਰ ਬੜਾ ਵੱਡਾ ਕਲੰਕ ਹੈ ਜੀ, ਚਾਹੇ ਉਹ BJP ਦੇ ਲੋਕ ਕਰਨ, ਚਾਹੇ ਅਕਾਲੀ ਦਲ ਦੇ, ਚਾਹੇ ਕਾਂਗਰਸ ਦੇ ਹੋਣ। ਮੈਂ ਸਮਝਦਾ ਹਾਂ ਕਿ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੀਦਾ ਹੈ ਜੀ ਜੀ। ਇਹ ਜਿਹੜੀ ਗੱਲ ਕੀਤੀ ਮੇਰੇ ਛੋਟੇ ਭਾਈ ਵਨੀਤ ਜੀ ਨੇ ਕਿ ਕਮਲ ਸ਼ਰਮਾ ਜੀ 'ਤੇ ਦੋਸ਼ ਸਾਬਤ ਨਹੀਂ ਹੁੰਦੇ ਜੀ, ਮੈਂ ਕਹਿਣਾ ਚਾਹੁੰਦਾ ਹਾਂ ਕਿ ਅੱਜ BJP ਦਾ ਨਿਕਾਬ ਜਿਹੜਾ ਹੈਗਾ ਨੰਗਾ ਹੋ ਗਿਆ, ਉਹਨਾਂ ਦਾ ਚਿਹਰਾ ਨੰਗਾ ਹੋ ਗਿਆ। ਉਹਦੇ ਕਾਰਨ ਦੋ ਨੇ ਕਿ ਇਹ ਕਹਿੰਦੇ ਸਾਬਕਾ PA, ਮੈਂ ਪੁੱਛਣਾ ਚਾਹੁੰਦਾ ਸਾਬਕਾ ਕਦੋਂ ਤੋਂ ਹੋਇਆ? ਉਹ ਕਹਿੰਦੇ ਕਿ ਮੈਂ SSP ਸਾਹਿਬ ਨੂੰ ਲਿਜਾ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਜੋ ਮਰਜ਼ੀ ਐਕਸ਼ਨ ਲਓ। ਉਹ BJP ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੂੰ ਚਾਹੀਦਾ ਸੀਗਾ ਕਿ ਉਹ ਦੋਨੋਂ ਤਿੰਨੋਂ ਮੁਲਜ਼ਮ ਉਹਨਾਂ ਨੂੰ ਹੈਂਡਓਵਰ ਕਰ ਦੇ, ਫਿਰ ਮੰਨਦੇ ਕਿ ਕਮਲ ਸ਼ਰਮਾ ਜੀ ਸਾਫ਼ ਨੇ ਜੀ। ਮੈਂ ਕੋਈ, ਮੇਰੀ ਕਮਲ ਸ਼ਰਮਾ ਜੀ ਨਾਲ ਦੁਸ਼ਮਣੀ ਨਹੀਂ, ਮੈਂ ਕੋਈ ਪਰਸਨਲਾਈਜ਼ ਨਹੀਂ ਕਰਦਾ, ਪਰ ਐਜ਼ ਏ BJP ਪ੍ਰੈਜ਼ੀਡੈਂਟ ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਹਨਾਂ ਦੋਨਾਂ ਬੰਦਿਆਂ ਨੂੰ, ਤਿੰਨਾਂ ਬੰਦਿਆਂ ਨੂੰ ਪੁਲਿਸ ਦੇ ਪੇਸ਼ ਕਰ ਦੇ। ਉਹ ਬੰਦੇ ਦੋਨੋਂ ਤਿੰਨੋਂ ਭੱਜ ਗਏ ਜੀ। ਇਹ ਕਹਿੰਦੇ ਬਰਾਈਬਰੀ ਦਾ ਕੇਸ, ਬਰਾਈਬਰੀ ਹੁੰਦੀ ਹੈ ਜਿੱਥੇ ਕਿਸੇ ਤੋਂ ਕੋਈ ਲੈਣ ਦੇਣ ਦੀ ਗੱਲ ਹੋਵੇ। ਗੱਲ ਇਹ ਹੈ ਕਿ ਗੱਲ ਆਈ ਡਰੱਗਸ ਦੀ, ਅੱਜ ਡਰੱਗਸ ਦੇ ਮਾਮਲੇ ਦੇ ਵਿੱਚ ਅਸੀਂ ਕਿਸੇ ਨੂੰ ਛੁਡਾਉਂਦੇ ਹਾਂ,
ਇਹਦਾ ਮਤਲਬ ਇਹ ਕਿ ਮਿਲੀ ਭੁਗਤਾ ਅਸੀਂ ਉਹ ਤੋਂ ਮਹੀਨਾ ਲੈਂਦੇ ਹਾਂ, ਕੰਮ ਕਾਰ ਚੱਲਦਾ, ਉਹਦੇ ਵਾਸਤੇ ਮੇਰੇ ਕੋਲ ਇੱਕ ਕਾਗਜ਼ ਹੈਗਾ ਜਿਹੜਾ ਮੈਂ ਤੁਹਾਡੇ ਰੂਬਰੂ ਕਰੂੰਗਾ ਜੀ। ਇਹਨਾਂ ਦੀ ਗੌਰਮੈਂਟ ਦਾ ਇੱਕ DSP CID ਉਹ ਕਿਵੇਂ ਜਿਹੜਾ ਤੁਸੀਂ ਦਿਖਾ ਰਹੇ ਹੋ, ਅਸੀਂ ਆਪਣੇ ਦਰਸ਼ਕਾਂ ਲਈ ਜਾਣਨਾ ਵੀ ਚਾਹੁੰਦੇ ਹਾਂ ਕਿ ਇਹਦੇ 'ਚ ਇਨ ਬਰੀਫ ਕੀ ਲਾਈਨਾਂ ਹੈਗੀਆਂ ਜਿਹੜੀਆਂ ਕਹੀਆਂ ਗਈਆਂ ਕਾਗਜ਼। ਇਹ ਇਹਨਾਂ ਦੀ ਭਾਈਵਾਲ ਦੀ ਗੌਰਮੈਂਟ, ਇਹਨਾਂ ਦੀ, ਇਹਨਾਂ ਦੇ DSP CID ਸਪੈਸ਼ਲ ਰਿਪੋਰਟ ਹੈ ਜੀ ਕਿ BJP ਪ੍ਰਧਾਨ ਦੇ ਕੁਛ ਲੋਕ ਤਸਕਰਾਂ ਦੇ ਨਾਲ ਰਲੇ ਹੋਏ ਨੇ, ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਵੀ ਕੀ ਕਰ ਰਹੇ। ਸਿੰਘ ਜੀ ਬਕਾਇਦਾ BJP ਪ੍ਰੈਜ਼ੀਡੈਂਟ ਦਾ ਨਾਂ ਦਰਜ ਹੈ ਇਸ ਰਿਪੋਰਟ 'ਚ, ਆਹ ਤੁਸੀਂ ਦੇਖੋ, ਤੁਹਾਡੇ ਸਾਹਮਣੇ ਪੜ੍ਹ ਸਕਦੇ ਹੋ, ਦਰਸ਼ਕ ਪੜ੍ਹ ਸਕਦੇ ਹੈ, ਮੈਂ ਤੁਹਾਨੂੰ ਦੇ ਜਾਵਾਂਗਾ ਜੀ। ਇਹ ਰਿਪੋਰਟ ਜਿਹੜੀ ਅੱਜ ਦੀ ਨਹੀਂ ਹੈ, 10/12/2013 ਦੀ ਹੈ। ਓਕੇ, ਇਹ ਪਹਿਲਾ ਕੇਸ ਹੋਇਆ 10/12/2013 ਨੂੰ ਜੀ। ਉਸ ਤੋਂ ਬਾਅਦ ਦੂਸਰਾ ਕੇਸ ਜਿਹੜੀ ਗੱਲ ਕਰਦੇ, ਡਰੱਗਸ ਦਾ ਕੇਸ ਆਇਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਪੈਸੇ ਲੈਣ ਦੇਣ ਹੋਏ, ਪੈਸੇ ਲੈਣ ਦੇਣ ਉੱਥੇ ਹੁੰਦੇ ਆ ਜਾਂ ਤਾਂ ਕੋਈ ਸਰਕਾਰੀ ਮੁਲਾਜ਼ਮ ਦੇ ਨਾਲ ਗੱਲ ਹੁੰਦੀ। ਇਹ ਤਾਂ ਮੈਂ ਸਮਝਦਾ ਕਿ ਇਹਨਾਂ ਦਾ ਸਿਲਸਿਲਾ ਬੜੀ ਦੇਰ ਤੋਂ ਚੱਲ ਰਿਹਾ ਸੀ ਜੀ ਜੀ। ਤੀਜੀ ਗੱਲ ਹੋਈ ਆਰਮਸ ਦੇ ਵਿੱਚ, ਜਿਹੜੇ ਇਲੀਗਲ ਆਰਮ ਸੀਗੇ ਉਹਦੇ 'ਚ ਪੈਸੇ ਲਏ ਗਏ। ਅੱਜ ਜਿਹੜਾ ਦੇਸ਼ ਸਾਡਾ, ਸਾਰਾ ਦੇਸ਼ ਅਸੀਂ ਸਾਰੇ ਇਕੱਠੇ ਹਾਂ, ਚਾਹੇ ਕਿਸੇ ਵੀ ਪਾਰਟੀ ਨੂੰ ਅਸੀਂ ਬਿਲੋਂਗ ਕਰਦੇ ਹੋਈਏ, ਅੱਤਵਾਦ ਦੇ ਨਾਲ ਜੂਝ ਰਹੇ ਹਾਂ। ਦੀਨਾਨਗਰ ਦੇ ਵਿੱਚ ਕੀ ਇੰਸੀਡੈਂਟਸ ਹੋਇਆ ਜੀ ਜੀ, ਅਸੀਂ ਕੀ ਕਹਾਂਗੇ। ਇੱਕ ਇਹਨਾਂ ਦਾ BJP ਦਾ ਆਦਮੀ, ਖਾਸ ਆਦਮੀ, PA ਦਾ ਮਤਲਬ ਕੀ ਹੁੰਦਾ, ਮੈਂ ਪੁੱਛਣਾ ਚਾਹੁੰਦਾ, PA ਦਾ ਮਤਲਬ ਕੀ ਹੈ ਜੋਸ਼ੀ ਜੀ ਤੋਂ, ਕਿ ਕਮਲ ਸ਼ਰਮਾ ਜੀ ਕਹਿੰਦੇ ਆ ਕਿ ਮੈਂ ਉਹਦੇ 'ਚ ਦੋਸ਼ੀ ਨਹੀਂ ਹਾਂ। ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ, ਕਮਲ ਸ਼ਰਮਾ ਜੀ, ਕੀ ਤੁਸੀਂ ਅੱਜ ਪਿਛਲੇ ਇੱਕ ਹਫ਼ਤੇ ਤੋਂ ਕੋਸ਼ਿਸ਼ ਕੀਤੀ ਕਿ ਉਹਨਾਂ ਬੰਦਿਆਂ ਨੂੰ ਮੈਂ ਜਾ ਕੇ ਪੁਲਿਸ ਦੇ ਪੇਸ਼ ਕਰਾਂ, ਪੁਲਿਸ ਨੂੰ ਫੜਾਵਾਂ? ਉਹਨਾਂ ਦੇ ਟੈਲੀਫੋਨ 'ਤੇ ਦੇਖਣਾ ਚਾਹੀਦਾ, ਕਮਲ ਸ਼ਰਮਾ ਜੀ ਦੇ ਟੈਲੀਫੋਨ ਦੇਖਣੇ ਚਾਹੀਦੇ ਹੈ, ਅਤੇ ਪਿਛਲੇ ਜਿਹੜੇ ਟੈਲੀਫੋਨ ਗੱਲਬਾਤ ਹੁੰਦੀ ਸੀਗੀ, ਕੀ ਆਦਾਨ ਪ੍ਰਦਾਨ ਹੋਇਆ, ਕੀ ਆਦਾਨ ਪ੍ਰਦਾਨ ਹੋਇਆ, ਦੂਜਾ ਇੱਕ ਘੰਟੇ 'ਚ ਕਿੰਨੇ ਟੈਲੀਫੋਨ ਆਉਂਦੇ ਸੀਗੇ। ਓਕੇ ਓਕੇ, ਇਹ ਗੱਲ ਅੱਜ ਕੋਈ ਮੇਰੀ ਇਕੱਲਿਆਂ ਦੀ ਨਹੀਂ, ਸਾਨੂੰ ਚਿੰਤਾ ਹੈ ਪੰਜਾਬ ਦੇ ਭਵਿੱਖ ਦੀ, ਪੰਜਾਬ ਦਾ ਭਵਿੱਖ ਕੀ ਕਰ ਰਿਹਾ, ਪੰਜਾਬ ਦਾ ਬੱਚਾ ਬੱਚਾ ਕੀ ਕਰ ਰਿਹਾ ਜੀ ਜੀ। ਉਹਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਕਿ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਬੜੀ ਉਹਨਾਂ ਦੀ ਸਾਫ਼ ਸੁਥਰੀ ਛਵੀ ਹੈ ਜੀ। ਅੱਜ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਮਨ ਦੀ ਬਾਤ ਕਹਿੰਦੇ ਨੇ, ਉਸ ਮਨ ਦੀ ਬਾਤ ਦੇ ਵਿੱਚ ਉਹਨਾਂ ਨੇ ਸਾਰੇ ਨੇਸ਼ਨ ਨੂੰ ਐਡਰੈਸ ਕੀਤਾ। ਪ੍ਰਧਾਨ ਮੰਤਰੀ ਕੋਈ ਇੱਕ ਪਾਰਟੀ ਦੇ ਨਹੀਂ ਹੁੰਦੇ ਜੀ ਜੀ, ਸਭ ਦੇ ਪ੍ਰਧਾਨ ਮੰਤਰੀ ਹੁੰਦੇ। ਅਸੀਂ ਵੀ ਆਪਦੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਆਦਰ ਮਾਣ ਬਹੁਤ ਕਰਦੇ ਹਾਂ। ਉੱਥੇ ਮੈਂ ਪੁੱਛਣਾ ਚਾਹੁੰਦਾ ਕਿ ਪ੍ਰਧਾਨ ਮੰਤਰੀ ਜੀ, ਤੁਹਾਡੇ ਤੱਕ ਹੁਣ ਤੱਕ ਇਹ ਗੱਲ ਪਹੁੰਚ ਗਈ, ਤੁਹਾਡੇ ਸਟੇਟ BJP ਦੇ ਪ੍ਰੈਜ਼ੀਡੈਂਟ ਦੇ ਉੱਪਰ ਇਹ ਐਲੀਗੇਸ਼ਨ ਨਹੀਂ, ਉਹਨਾਂ ਦੇ ਬੰਦੇ ਫੜੇ ਗਏ, ਪ੍ਰੂਫ ਆ ਗਏ? ਓਕੇ, ਜਦੋਂ ਪ੍ਰੂਫ ਆ ਗਏ ਉਹਨਾਂ ਦੇ ਬੰਦਿਆਂ ਦੇ ਉੱਪਰ, ਉਹਨਾਂ ਨੂੰ ਪਾਰਟੀ 'ਚੋਂ ਹਲੇ ਤੱਕ ਕੱਢਿਆ ਕਿਉਂ ਨਹੀਂ, ਮੈਂ ਪੁੱਛਣਾ ਚਾਹੁੰਦਾ। ਉਹ ਕਹਿੰਦੇ ਅਸੀਂ ਸਸਪੈਂਡ ਕਰ ਦਿੱਤੇ। ਫਿਰ ਮੈਂ ਪੁੱਛਣਾ ਚਾਹੁੰਦਾ, ਪ੍ਰਧਾਨ ਮੰਤਰੀ ਜੀ, ਤੁਹਾਡੇ ਕੋਲ ਇੱਕ ਇੱਕ ਮਿੰਟ ਦੀ ਖਬਰ ਹੁੰਦੀ ਹੈ, ਤੁਹਾਡੀਆਂ ਬੜੀਆਂ ਏਜੰਸੀਜ਼ ਹੈਗੀਆਂ। ਓਕੇ ਪਿੰਕੀ ਜੀ, ਬਿਲਕੁਲ ਸਹੀ ਕਹਿ ਰਹੇ ਹੋ ਕਿ ਤੁਸੀਂ ਪ੍ਰਧਾਨ ਮੰਤਰੀ ਤੱਕ ਗੱਲ ਪਹੁੰਚ ਚੁੱਕੀ ਹੈ, ਮੈਂ ਇਸ ਮੁੱਦੇ 'ਤੇ ਦੁਬਾਰਾ ਉਹਨਾਂ ਤੋਂ ਟੁਕੜੇ। ਪਿੰਦਰ ਸਾਹਿਬ, ਤੁਸੀਂ ਕੀ ਕਹੋਗੇ ਇਸ ਮੁੱਦੇ 'ਤੇ, ਜੋ ਇਸ਼ੂ ਸਾਰਾ ਸਾਹਮਣੇ ਆਇਆ? ਸਿੱਧੂ ਸਾਹਿਬ, ਇਹਦੇ 'ਚ ਇਸ਼ੂ ਦੋ ਸਾਹਮਣੇ ਆਉਂਦੇ ਨੇ। ਮੈਂ ਕਮਲ ਸ਼ਰਮਾ ਜੀ ਵਾਸਤੇ ਮੈਂ ਜਿਹੜੀ ਇਹ ਗੱਲ ਕਹੂੰਗਾ ਕਿ ਜੋ ਉਹਨਾਂ ਦਾ ਸਟੈਂਡ ਸੀ, ਉਹ ਆਪਣੇ ਸਟੈਂਡ ਦੇ ਉੱਤੇ ਆਪੇ ਹੀ ਝਾਤ ਮਾਰਨ। ਜਦੋਂ ਅਕਾਲੀ ਦਲ ਦੇ ਜਿਹੜੇ ਉਹਨਾਂ ਦੀ ਭਾਈਵਾਲ ਪਾਰਟੀ ਦੇ ਜਿਹੜੇ ਮਿਨਿਸਟਰ ਸੀ ਜੀ ਜੀ, ਖਾਸ ਤੌਰ 'ਤੇ ਬਿਕਰਮ ਮਜੀਠੀਆ ਦਾ ਨਾਂ ਜਦੋਂ ਐਸੋਸੀਏਟ ਹੋਇਆ, ਕਿਉਂਕਿ ਉਹਨਾਂ ਦੇ ਨਾਲ ਦੇ ਕੁਛ ਲੋਕ ਜਿਹੜੇ ਯੂਥ ਅਕਾਲੀ ਦਲ ਦੇ ਅਰੈਸਟ ਹੋਏ ਉਹ ਡਰੱਗਸ ਦੇ ਕੇਸ ਦੇ ਵਿੱਚ, ਉਦੋਂ ਇਹ ਡਿਮਾਂਡ BJP ਵੱਲੋਂ ਆਈ ਸੀ। BJP ਦੇ ਸੀਨੀਅਰ ਲੀਡਰਸ ਨੇ ਵੀ ਡਿਮਾਂਡ ਕੀਤੀ ਕਿ ਜਿਹੜੇ ਅਕਾਲੀ ਲੀਡਰ ਜਿਨ੍ਹਾਂ ਦਾ ਨਾਂ ਡਰੱਗਸ ਦੇ ਨਾਲ ਐਸੋਸੀਏਟਡ ਆ, ਉਹਨਾਂ ਨੂੰ ਆਪਣੇ ਅਸਤੀਫੇ ਦੇਣੇ ਚਾਹੀਦੇ, ਅਸਤੀਫਾ ਦੇ ਦੇਣਾ ਚਾਹੀਦਾ ਜੀ। ਬਿਲਕੁਲ, ਉਹੀ ਜਿਹੜੀ ਹੈਗੀ ਆ ਸਿਚੁਏਸ਼ਨ ਅੱਜ ਉਹ ਸਾਹਮਣੇ ਆ ਗਈ ਹੈ। ਅਤੇ ਕਮਲ ਸ਼ਰਮਾ ਜੀ ਉਸ ਦੇ ਉੱਤੇ ਵੀ, ਇਹ ਵਾਕਈ ਜਿਵੇਂ ਪਾਰਲੀਮੈਂਟ ਦੇ ਵਿੱਚ ਜਿਵੇਂ ਹੋ ਰਿਹਾ ਬਈ, ਸਿਚੁਏਸ਼ਨ ਬਦਲ ਜਾਂਦੀ ਹੈ। ਸਿੱਧਾ ਫੋਕਸ ਇਸ ਵੇਲੇ ਕਮਲ ਸ਼ਰਮਾ ਦੇ ਉੱਤੇ। ਹਾਂਜੀ, ਉਹ ਜਿਵੇਂ ਹੁਣ ਪਾਰਲੀਮੈਂਟ 'ਚ ਆਪਾਂ ਦੇਖਦੇ ਹਾਂ ਕਿ ਜੋ BJP ਕਰਦੀ ਸੀ, ਅੱਜ ਉਹ ਕਾਂਗਰਸ ਕਰ ਰਹੀ ਹੈ, ਅਤੇ ਜੋ ਉਦੋਂ ਕਾਂਗਰਸ ਦਾ ਐਜ਼ ਪਾਰਟੀ ਜਾਂ ਐਜ਼ ਸਰਕਾਰ ਦਾ ਜਵਾਬ ਹੁੰਦਾ ਸੀ, ਅੱਜ ਉਹ BJP ਦੀ ਸਰਕਾਰ ਦਾ। ਦੂਸਰੀ ਗੱਲ ਜਿਹੜੀ ਇਹਦੇ ਜਿਹੜੀ ਸਭ ਤੋਂ ਇੰਪੋਰਟੈਂਟ ਇਹ ਆਉਂਦੀ ਆ, ਉਹ ਮੈਂ ਜਿਹੜੇ ਸੂਬੇ ਦੇ ਆਪਣੇ ਦੇ ਮੁੱਖ ਮੰਤਰੀ ਸਾਹਿਬ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਉਹਨਾਂ ਦੀ ਇੱਕ ਸਟੇਟਮੈਂਟ ਦੇ ਉੱਤੇ ਮੈਨੂੰ ਹੁਣ ਜਾ ਕੇ ਮੇਰਾ ਉਹਦੇ 'ਤੇ ਧਿਆਨ ਪਿਆ ਕਿ ਉਹਨਾਂ ਨੇ ਕਿਹਾ ਸੀ ਕਿ ਡਰੱਗਸ ਦੇ ਇਸ਼ੂ ਨੂੰ ਪੋਲੀਟੀਸਾਈਜ਼ ਨਾ ਕੀਤਾ ਜਾਵੇ, ਕਿਉਂਕਿ ਮੈਂ ਜੇ ਤੁਸੀਂ ਮੈਨੂੰ ਆਗਿਆ ਦਿਓ ਤਾਂ ਮੈਂ ਇਹ ਕਹੂੰਗਾ ਜੀ ਕਿ ਜਿਹੜਾ ਡਰੱਗਸ ਜਿਹੜੀ ਹੈਗੀ ਹੈ, ਇਹਦਾ ਜਿਹੜਾ ਫਲਾਅ ਜਿਹੜਾ ਉਹ ਬੜਾ ਸੈਕੂਲਰ ਹੈ, ਕਿਉਂਕਿ ਉਹ ਇਹ ਹੈ ਜੀ, ਉਹਨੇ ਕੋਈ ਪਾਰਟੀ ਨਹੀਂ ਛੱਡੀ,
ਉਹਨੇ ਸੁਸਾਇਟੀ ਦਾ ਕੋਈ ਹਿੱਸਾ ਨਹੀਂ ਛੱਡਿਆ ਕਿ ਜਿੱਥੇ ਦਾ ਫਲਾ ਨਾ ਹੋਵੇ ਫਲਾ ਨਾ ਹੋਵੇ। ਬੀਜੇਪੀ ਦੇ ਵਿੱਚ ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਸ਼ਾਇਦ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਜਾਂ ਜਿਹੜੇ ਬੀਜੇਪੀ ਦੇ ਵਰਕਰਸ ਨੇ ਉਹ ਇਸ ਕੰਮ 'ਚ ਨਹੀਂ ਹੈਗੇ ਕਿਉਂਕਿ ਬੀਜੇਪੀ ਨੂੰ ਬਹੁਤ ਜ਼ਿਆਦਾ ਸ਼ਹਿਰ ਦੇ ਨਾਲ ਐਗਜੈਕਟਲੀ ਉਹਦੇ 'ਚ ਜਿਹੜੇ ਪੈਨਲ 'ਤੇ ਬੈਠੇ ਸਰ ਜਿਹੜੇ ਵਿਨੀਤ ਜੋਸ਼ੀ ਹੈਗੇ ਮਿੱਤਰ ਵੀ ਹੈ ਜਿਹੜੇ ਕੰਪੇਨ ਚਲਾ ਰਹੇ ਡਰੱਗਸ ਦੇ ਖਿਲਾਫ ਬਿਲਕੁਲ ਔਰ ਨਹੀਂ ਬੀਜੇਪੀ ਨੂੰ ਸ਼ਹਿਰ ਓਰੀਐਂਟਡ ਜਾਂ ਮਿਡਲ ਕਲਾਸ ਓਰੀਐਂਟਡ ਮੰਨਿਆ ਜਾਂਦਾ ਸੀ ਔਰ ਜਿਹੜੀ ਡਰੱਗਸ ਦੀ ਜਿਹੜੀ ਪ੍ਰੋਬਲਮ ਸੀ ਉਹ ਪਿੰਡਾਂ ਦੇ ਵਿੱਚ ਔਰ ਸਪੈਸ਼ਲੀ ਜਿਹੜੀ ਕਿਸਾਨੀ ਦੇ ਨਾਲ ਜੁੜਿਆ ਹੋਇਆ ਜਿਹੜਾ ਯੂਥ ਹੈ ਉਹਦੇ ਨਾਲ ਮੰਨਿਆ ਜਾਂਦਾ ਸੀ। ਬਟ ਹੁਣ ਜਿਸ ਤਰ੍ਹਾਂ ਕਮਲ ਸ਼ਰਮਾ ਜੀ ਦਾ ਨਾਂ ਇਸ ਨਾਲ ਐਸੋਸੀਏਟ ਹੋ ਰਿਹਾ ਜਾਂ ਕਿਉਂਕਿ ਉਹਨਾਂ ਦੇ ਸਟਾਫ ਦਾ ਹੋ ਰਿਹਾ ਬਿਲਕੁਲ ਉਹਨਾਂ ਨੇ ਕਮਲ ਸ਼ਰਮਾ ਜੀ ਜੇ ਅੱਜ ਇਸ ਤੋਂ ਇਨਕਾਰ ਹੋਣ ਦੀ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੇ ਆਪਣਾ ਸਟਾਫ ਕਿਹੋ ਜਿਹਾ ਸਿਲੈਕਟ ਕੀਤਾ। ਵਕਤ ਹੈ ਕਿ ਛੋਟੇ ਜਿਹੇ ਬ੍ਰੇਕ ਦਾ, ਅਸੀਂ ਬੜੇ ਅਹਿਮ ਮੁੱਦੇ 'ਤੇ ਪੰਜਾਬ ਦੇ ਇਸ਼ੂ ਨੂੰ ਲੈ ਕੇ ਜਿੱਥੋਂ ਤੱਕ ਡਰੱਗਸ ਦੀ ਗੱਲ ਹੈ ਔਰ ਸਾਡੇ ਜਿਹੜੇ ਨੇਤਾ ਲੋਕ ਆ ਉਹਨਾਂ ਦਾ ਕਿਹੋ ਜਿਹਾ ਕਿਰਦਾਰ ਹੈ, ਕਿਹੋ ਜਿਹੀ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਸਾਡੇ ਮਹਿਮਾਨਾਂ ਦੀ ਇਹਨਾਂ ਮੁੱਦਿਆਂ 'ਤੇ ਕੀ ਰਾਏ ਹੈ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ। ਗਲੋਬਲ ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਆਪਾਂ ਬ੍ਰੇਕ ਤੋਂ ਪਹਿਲਾਂ ਚਰਚਾ ਕਰ ਰਹੇ ਸੀ ਕਿ ਪੰਜਾਬ 'ਚ ਡਰੱਗ ਦਾ ਇਸ਼ੂ ਹੈ ਅਤੇ ਉਹਦੇ ਨਾਲ ਜਿਹੜੇ ਪੋਲੀਟੀਕਲ ਲੋਕਾਂ ਦੇ ਸੰਬੰਧ ਹੈਗੇ ਹੈ ਉਸ ਮੁੱਦੇ 'ਤੇ ਲੈ ਕੇ ਸਾਡੇ ਮਹਿਮਾਨਾਂ ਦੀ ਕੀ ਰਾਏ ਹੈ। ਵਿਨੀਤ ਜੀ, ਜਿੱਦਾਂ ਆਪਾਂ ਪਹਿਲਾਂ ਕਰ ਰਹੇ ਸੀ ਬ੍ਰੇਕ ਤੋਂ ਪਹਿਲਾਂ ਕਿ ਇਸ ਮੁੱਦੇ ਉੱਤੇ ਲੈ ਕੇ ਖਾਸ ਉੱਤੇ ਪਿੰਕੀ ਜੀ ਨੇ ਜਿਹੜੀ ਗੱਲ ਲਿਆਂਦੀ ਹੈ ਇੱਕ ਪੁਲਿਸ ਰਿਪੋਰਟ ਦੀ ਗੱਲ ਔਰ ਜਿਹੜੀ ਰਿਪੋਰਟ ਦੇ ਵਿੱਚ ਕਿਹਾ ਗਿਆ ਉਹ ਅੱਜ ਦੀ ਨਹੀਂ 2013 ਦੀ ਹੈ ਜਿੱਦਾਂ ਇਹਨਾਂ ਨੇ ਕਿਹਾ ਉਹ ਟੇਬਲ ਦੇ ਉੱਤੇ ਇਹਨਾਂ ਨੇ ਰੱਖੀ ਹੈਗੀ ਹੈ। ਇਸੇ ਤਰੀਕੇ ਦੇ ਨਾਲ ਜਿਹੜੇ ਇਸ਼ੂ ਆਇਆ ਕੀ ਆਪਾਂ ਇਹਦੇ ਨਾਲ ਸੋਚ ਸਕਦੇ ਹਾਂ ਕਿ ਵੀ ਇਹ ਦੀਵੇ ਥੱਲੇ ਹਨੇਰਾ ਵਾਲੀ ਗੱਲ ਹੈ, ਕਮਲ ਸ਼ਰਮਾ ਜੀ ਨੂੰ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਹ ਸਾਰੇ ਇਸ਼ੂ ਤੋਂ ਉਹ ਬਿਲਕੁਲ ਅਗਿਆਤ ਸੀ ਜਾਂ ਉਹਨਾਂ ਨੇ ਜਾਣਬੁੱਝ ਕੇ ਇਗਨੋਰ ਕੀਤਾ? ਦੇਖੋ, ਕੁਝ ਗੱਲਾਂ ਨੂੰ ਤਾਂ ਕਲੈਰੀਫਿਕੇਸ਼ਨ ਕਮਲ ਸ਼ਰਮਾ ਜੀ ਨੂੰ ਆਪ ਹੀ ਦੇਣੀ ਪੈਣੀ ਹੈ। ਜੀ ਜੀ, ਠੀਕ ਹੈ ਜੀ, ਜਿੱਥੇ ਪੀਏ ਔਰ ਉਹਨਾਂ ਦਾ ਆਪ ਦੀ ਰਿਲੇਸ਼ਨਸ਼ਿਪ ਦੀ ਗੱਲ ਹੈ। ਓਕੇ, ਪਰ ਮੈਂ ਇੱਕ ਗੱਲ ਸਾਫ਼ ਕਹਿਣਾ ਚਾਹੂੰਗਾ, ਸਾਡੀ ਪਾਰਟੀ ਦੇ ਉੱਪਰ ਪੰਜਾਬ ਦੇ ਇਤਿਹਾਸ 'ਚ ਸ਼ਾਇਦ ਪਹਿਲੀ ਵਾਰ ਕੋਈ ਇਹੋ ਜਿਹੀ ਗੱਲ ਆਈ ਹੈ। ਓਕੇ, ਉਹ ਵੀ ਪਾਰਟੀ ਦੇ ਇੱਕ ਪਾਰਟੀਕੁਲਰ ਵਿਅਕਤੀ ਉੱਪਰ, ਪ੍ਰਧਾਨ ਉੱਪਰ ਆਈ, ਪ੍ਰਧਾਨ ਇੰਪੋਰਟੈਂਟ ਪੋਸਟ ਹੁੰਦੀ ਹੈ। ਜੀ ਬਿਲਕੁਲ, ਠੀਕ ਹੈ, ਜਿੱਥੇ ਪਾਰਟੀ ਇਸ ਪੂਰੇ ਐਪੀਸੋਡ 'ਤੇ, ਮੈਂ ਫਿਰ ਕਲੈਰੀਫਾਈ ਕਰਦਾ, ਪਾਰਟੀ ਇਹ ਨਹੀਂ ਮੰਨਦੀ ਕਿ ਕਮਲ ਸ਼ਰਮਾ ਜੀ ਇਸ 'ਚ ਇਨਵੋਲਵ ਨੇ, ਪਰ ਇਸ ਪੂਰੇ ਐਪੀਸੋਡ 'ਤੇ ਕਿਤੇ ਨਾ ਕਿਤੇ ਪਾਰਟੀ ਨੂੰ ਸ਼ਰਮਿੰਦਗੀ ਤਾਂ ਹੈ, ਕਿਤੇ ਨਾ ਕਿਤੇ ਤਾਂ ਸਿਰਨੀਵਾ ਹੁੰਦਾ ਹੈ ਪਾਰਟੀ ਦਾ, ਠੀਕ ਹੈ। ਪਰ ਇਹ ਫਿਰ ਵੀ ਕਹਿਣਾ ਗਲਤ ਹੈ ਕਿ ਵੀ ਕਮਲ ਸ਼ਰਮਾ ਜੀ ਜਿਹੜੇ ਹੈ ਉਹ ਕਿਤੇ ਨਾ ਕਿਤੇ ਨਸ਼ੇ ਦੇ ਕੰਮ 'ਚ ਇਨਵੋਲਵ ਨੇ, ਇਹ ਗਲਤ ਹੈ, ਠੀਕ ਹੈ। ਔਰ ਦੂਜਾ ਪਿਛੋਕੜ ਤੇ ਦੇਖੋ, ਪਿੰਕੀ ਜੀ ਬੈਠੇ ਨੇ, ਪੰਦੇਰ ਸਾਹਿਬ ਬੈਠੇ ਨੇ, ਕੋਈ ਸਾਡਾ ਬੀਜੇਪੀ ਦਾ ਲੀਡਰ ਜਿਹੜਾ ਨਾ ਜਦ ਤੋਂ ਪੰਜਾਬ ਬਣੇ ਤਾਂ ਦੱਸ ਦੇਣ ਵੀ ਕਦੀ ਕੋਈ ਨਸ਼ੇ ਦੇ ਇਸ ਕੰਮ 'ਚ ਕਿਸੇ ਦਾ ਨਾਮ ਆਇਆ ਹੋਇਆ, ਠੀਕ ਹੈ। ਹੁਣ ਇਹ ਪ੍ਰਧਾਨ ਦਾ ਨਾਂ ਹੀ ਆ ਗਿਆ, ਨਹੀਂ ਜੀ, ਪ੍ਰਧਾਨ ਔਰ ਪੀ ਏ ਉਹਨਾਂ ਵਿੱਚ ਕੀ ਰਿਲੇਸ਼ਨਸ਼ਿਪ ਹੈ ਉਹਦੀ ਐਕਸਪਲੇਨੇਸ਼ਨ ਤਾਂ ਕਮਲ ਜੀ ਦੇਣਗੇ, ਠੀਕ ਹੈ, ਜਿਹੜਾ ਉਸ ਬਾਰੇ ਤੁਸੀਂ ਕੁਐਸਚਨ ਪੁੱਛੋਗੇ। ਲੇਕਿਨ ਜਿੱਥੇ ਕਮਲ ਜੀ ਦੀ ਗੱਲ ਹੈ, ਜਿੰਨਾ ਕੁ ਮੈਂ ਜਾਣਦਾ ਮੈਨੂੰ ਨਹੀਂ ਲੱਗਦਾ ਕਿਸ ਕੰਮ 'ਚ ਉਹ ਇਨਵੋਲਵ ਨੇ। ਓਕੇ, ਪਰ ਓਵਰਆਲ ਪਾਰਟੀ ਦੀ ਕਿਤੇ ਨਾ ਕਿਤੇ ਬਦਨਾਮੀ ਜ਼ਰੂਰ ਹੋ ਰਹੀ ਹੈ ਔਰ ਸਾਨੂੰ ਸ਼ਰਮਿੰਦਾ ਹੋਣਾ ਪੈ ਰਿਹਾ। ਓਕੇ, ਪਿੰਕੀ ਜੀ, ਜਦੋਂ ਇਸ ਮੁੱਦੇ 'ਤੇ ਆਪਾਂ ਜ਼ਿਕਰ ਕਰਦੇ ਹਾਂ, ਜਿੱਦਾਂ ਇਹਨਾਂ ਨੇ ਕਹੀ ਆ ਗੱਲ ਕਿ ਅਲਟੀਮੇਟਲੀ ਜਿਹੜੀਆਂ ਗੱਲਾਂ ਕਿਸੇ ਨੇਤਾ ਦੇ ਨਾਲ ਸਿੱਧੇ ਤੌਰ 'ਤੇ ਜੁੜੀਆਂ ਉਹ ਇਸ ਗੱਲ ਦੇ ਲਈ ਉਹ ਜਵਾਬ ਦੇ, ਬਿਲਕੁਲ ਕੋਈ ਦੋ ਰਾਵਾਂ ਨਹੀਂ ਹੈਗੀਆਂ। ਪਰ ਇੱਕ ਗੱਲ ਤਾਂ ਹੈ ਕਿ ਨੈਤਿਕ ਤੌਰ 'ਤੇ ਉਹਦੀ ਕੋਈ ਰਿਸਪੋਂਸੀਬਿਲਟੀ ਬਣਦੀ ਹੈ ਕਿ ਨਹੀਂ ਬਣਦੀ ਜਿਸ ਦਾ ਪੀਏ ਐਡੇ ਵੱਡੇ ਸਕੈਂਡਲ ਦੇ ਨਾਲ ਜੁੜਿਆ ਹੋਵੇ। ਦੇਖੋ, ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ, ਉਹਦੇ ਨਾਲ ਨਾਲ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਪੁਲਿਸ ਜਿਹੜੀ ਹੈਗੀ ਬੜੀ ਅੰਡਰ ਪ੍ਰੈਸ਼ਰ ਕੰਮ ਕਰ ਰਹੀ ਹੈ। ਜਿਹੜਾ ਇਹ ਮਾਮਲਾ ਹੈਗਾ NDPS ਐਕਟ ਦਾ ਮਾਮਲਾ ਹੈਗਾ, ਆਰਮਜ਼ ਐਕਟ ਦਾ ਮਾਮਲਾ ਹੈਗਾ, ਪਰਚਾ ਜਿਹੜਾ ਸੀਗਾ NDPS ਐਕਟ ਆਰਮਜ਼ ਐਕਟ 120B ਦੇ ਵਿੱਚ ਦਰਜ ਹੋਣਾ ਚਾਹੀਦਾ ਸੀ, ਉਹ ਕਿਉਂ ਨਹੀਂ ਹੋ ਰਿਹਾ? ਉਹਦਾ ਕਾਰਨ ਤੁਸੀਂ ਸਮਝਦੇ ਹੋ, ਕਮਲ ਸ਼ਰਮਾ ਜੀ ਨੂੰ ਚਾਹੀਦਾ ਸੀ, ਚੰਗੇ ਬੰਦੇ ਨੇ, ਵਧੀਆ ਆਦਮੀ ਨੇ, ਹੀ ਇਜ਼ ਅ ਗੁੱਡ ਪਰਸਨ, ਉਹਨਾਂ ਨੂੰ ਚਾਹੀਦਾ ਸੀ ਕਿ ਜਦੋਂ ਤੱਕ ਇਨਕੁਆਇਰੀ ਚੱਲਦੀ ਉਦੋਂ ਤੱਕ ਉਹ ਰਿਜ਼ਾਈਨ ਕਰ ਦਿੰਦੇ। ਨਾਲੇ ਜਿਹੜੀ ਇਹ ਇਨਕੁਆਇਰੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਹੈ, ਦੇਖੋ ਪੰਜਾਬ ਪੁਲਿਸ ਇਹਨੂੰ ਨਹੀਂ ਕਰ ਸਕਦੀ, ਮੇਰੇ ਹਿਸਾਬ ਦੇ ਨਾਲ CBI ਨੂੰ ਦੇਣੀ ਚਾਹੀਦੀ ਹੈ ਅਤੇ ਹਾਈ ਕੋਰਟ ਦੇ ਜੱਜ ਨੂੰ ਇਹਨੂੰ ਮੋਨੀਟਰ ਕਰਨਾ ਚਾਹੀਦਾ। ਜੀ ਜੀ ਜੀ, ਅਗਰ ਇਹ ਉਹ ਇਨਕੁਆਇਰੀ ਜਿਹੜੀ ਹਾਈ CBI ਨੂੰ ਨਹੀਂ ਦਿੰਦੇ, ਹਾਈ ਕੋਰਟ ਦਾ ਜੱਜ ਉਹਨੂੰ ਮੋਨੀਟਰ ਨਹੀਂ ਕਰਦਾ, ਮੈਂ ਸਮਝਦਾ ਹਾਂ ਕਿ ਇਹਦੇ 'ਚ ਇਹ ਇਨਕੁਆਇਰੀ ਅੱਗੇ ਨਹੀਂ ਚੱਲੂਗੀ। ਓਕੇ, ਉਹਦੇ ਨਾਲ ਨਾਲ ਖਦਸ਼ਾ ਹੈ ਕਿ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੀ ਇਨਕੁਆਇਰੀ ਸਹੀ ਢੰਗ ਨਾਲ ਨਹੀਂ ਹੋ ਸਕਦੀ ਪੰਜਾਬ ਪੁਲਿਸ 'ਤੇ। ਦੇਖੋ, ਤੁਸੀਂ ਜਿਹੜੀ ਹਕੂਮਤ ਕਰ ਰਹੀ ਹੈ ਉਹ ਸਰਕਾਰ ਦੇ ਬੰਦਿਆਂ ਦੇ ਖਿਲਾਫ ਇਹ ਗੱਲ ਆ ਜੇ, ਤੁਸੀਂ ਦੱਸੋ ਪੰਜਾਬ ਪੁਲਿਸ ਕਿਵੇਂ ਕਰੂਗੀ ਜੀ? ਓਕੇ, ਇਸ ਕਰਕੇ ਇਹ ਜਿਹੜੀ ਸੀ CBI ਤੋਂ ਕਰਵਾਉਣੀ ਚਾਹੀਦੀ ਸੀ, ਹਾਈ ਕੋਰਟ ਨੂੰ ਮੋਨੀਟਰ ਕਰਨੀ ਚਾਹੀਦੀ ਸੀ,
ਉਹਦੇ ਨਾਲ ਨਾਲ ਤੁਹਾਡੇ ਸਾਹਮਣੇ ਹੈ ਇੱਕ ਬੜੀ ਬੜਾ ਵੱਡੀ ਗੱਲ ਜਿਹੜੀ ਹੈਗੀ ਹੈ, ਐਵੀਡੈਂਸ ਆਈ ਹੈ ਕਿ ਇਹ ਪਰਚਾ ਜਿਹੜਾ ਐਨ ਡੀ ਪੀ ਐਸ ਐਕਟ ਦੇ ਵਿੱਚ ਦਰਜ ਹੋਣਾ ਚਾਹੀਦਾ ਸੀ, ਆਰਮਜ਼ ਐਕਟ ਦੇ ਵਿੱਚ ਹੋਣਾ ਚਾਹੀਦਾ ਸੀ, 120 ਵਿੱਚ ਹੋਣਾ ਚਾਹੀਦਾ ਸੀ, ਉਹ ਕਿਉਂ ਨਹੀਂ ਹੋਇਆ ਜੀ? ਹੁਣ ਦੇਖੋ ਵਨੀਤ ਜੀ ਮਹਿਮ ਚਲਾ ਰਹੇ ਨੇ ਨਸ਼ਿਆਂ ਦੇ ਖਿਲਾਫ, ਖੰਨਾ ਜੀ ਚਲਾ ਰਹੇ ਨੇ ਇਹਨਾਂ ਦੇ ਐਮ ਪੀ ਸਾਹਿਬ ਜੀ, ਮੈਂ ਕਹਿੰਦਾ ਹੈ ਕਿ ਜਿੱਥੇ ਨਸ਼ਿਆਂ ਦੀ ਗੱਲ ਆ ਜਾਂਦੀ ਹੈ, ਚਾਹੇ ਅਕਾਲੀ ਦਲ ਹੋਵੇ, ਚਾਹੇ ਬੀ ਜੇ ਪੀ ਹੋਵੇ, ਚਾਹੇ ਕਾਂਗਰਸੀ ਹੋਵੇ, ਚਾਹੇ ਪੰਡੇਰ ਸਾਹਿਬ ਹੋਣ, ਜੋ ਅਸਲੀਅਤ ਹੈਗੀ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਉਣੀ ਚਾਹੀਦੀ ਹੈ। ਹੁਣ ਹੁਣ ਕੀ ਹੈ ਕਿ ਇਹਦੇ ਵਿੱਚ ਤਾਂ ਪਰੂਫ ਆ ਗਏ, ਹੁਣ ਕੋਈ ਨੇਤਾ ਦੇ ਨਾਲ ਕਿਸੇ ਦੀ ਕੋਈ ਪਿਕਚਰ ਆ ਜਾਂਦੀ ਹੈ, ਉਹ ਤਾਂ ਐਲੀਗੇਸ਼ਨ ਲੱਗਦਾ, ਐਲੀਗੇਸ਼ਨ ਇਜ਼ ਐਲੀਗੇਸ਼ਨ, ਇਹ ਤਾਂ ਪਰੂਫ ਹੈ। ਜਿਹੜੀ ਕਿ ਤਸਵੀਰ ਹੈ ਤੁਸੀਂ ਤਾਂ ਇੱਕ ਰਿਪੋਰਟ ਦਿਖਾ ਰਹੇ ਹੋ ਜਿਹੜੀ ਪੁਲਿਸ ਵੱਲੋਂ ਬਕਾਇਦਾ ਉਸੇ ਸਰਕਾਰ ਦੀ ਗੱਲ ਕਰਦੇ ਹੋ ਜਿਹੜੀ ਸਰਕਾਰ ਬਾਰੇ ਤੁਸੀਂ ਕਹਿ ਰਹੇ ਹੋ। ਇਹ ਰਿਪੋਰਟ ਜਿਹੜੀ ਹੈ ਸੁਨੀਲ ਜਾਖੜ ਜੀ ਨੇ ਸਾਡੇ ਸੀ ਐਲ ਪੀ ਲੀਡਰ ਨੇ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ ਸੀਗੀ, ਓਕੇ, 2000 ਇਹ ਜਿਹੜੀ ਰਿਪੋਰਟ ਹੈ 2014 ਦੇ ਵਿੱਚ ਪੇਸ਼ ਕੀਤੀ ਸੀ, 2013 ਦੀ ਰਿਪੋਰਟ ਹੈ ਜੀ। ਇਸ ਕਰਕੇ ਅਸੀਂ ਕੋਈ ਕਮਲ ਸ਼ਰਮਾ ਜੀ ਦੇ ਖਿਲਾਫ਼ ਨਹੀਂ ਹੈ, ਅਸੀਂ ਇਹ ਕਹਿੰਦੇ ਹਾਂ ਕਿ ਪੰਜਾਬ ਨੂੰ, ਪੰਜਾਬ ਦੀ ਜਵਾਨੀ ਨੂੰ ਅਸੀਂ ਨਸ਼ਿਆਂ ਤੋਂ ਬਚਾਉਣਾ ਹੈ। ਜਿੱਥੇ ਪ੍ਰਧਾਨ ਮੰਤਰੀ ਜੀ ਇੰਨੇ ਚਿੰਤਿਤ ਨੇ ਜੀ ਜੀ, ਉੱਥੇ ਅਸੀਂ ਵੀ ਬੜੇ ਚਿੰਤਿਤ ਹੈ। ਅੱਜ ਤੁਸੀਂ ਦੇਖਦੇ ਹੋ ਕਿ ਹਰ ਪਿੰਡ ਦੇ ਵਿੱਚ, ਹਰ ਘਰ ਦੇ ਵਿੱਚੋਂ ਬੱਚੇ ਜਿਹੜੇ ਨੇ ਬਾਹਰ ਤੁਰੇ ਜਾਂਦੇ ਨੇ ਜੀ। ਕਿਉਂ ਤੁਰੇ ਜਾਂਦੇ ਨੇ? ਉਹਦੇ ਦੋ ਹੀ ਕਾਰਨ ਹੈ, ਇੱਕ ਤਾਂ ਜਿਹੜੀ ਹੈਗੀ ਅਨਇੰਪਲੋਇਮੈਂਟ, ਬੱਚੇ ਜਿਹੜੇ ਹੈਗੇ ਆ ਉਹ ਅਨਇੰਪਲੋਇਮੈਂਟ ਹੋ ਗਈ, ਉਹਨਾਂ ਨੂੰ ਜਿਹੜੇ ਬੀ ਟੈਕ ਐਮ ਟੈਕ ਹੈ ਉਹਨਾਂ ਨੂੰ ਤੁਸੀਂ ਅੱਜ ਨੌਕਰੀ ਦੀ ਗੱਲ ਕਰੋ। ਓਕੇ ਓਕੇ ਪਿੰਕੀ ਜੀ, ਬਹੁਤ ਮੁੱਦੇ ਹੈਗੇ ਇਸ ਮੁੱਦੇ ਨਾਲ ਜੁੜੇ। ਭਿੰਦਰ ਸਰ, ਜਦੋਂ ਇੱਕ ਬੜਾ ਇਹਨਾਂ ਨੇ ਅਹਿਮ ਸਵਾਲ ਇਹ ਖੜਾ ਕੀਤਾ ਕਿ ਜਦੋਂ ਇਨਕੁਆਇਰੀ ਦੀ ਗੱਲ ਕਰਦੇ ਹਾਂ, ਅਗਰ ਪੰਜਾਬ ਦੇ ਵਿੱਚ ਇਨਕੁਆਇਰੀ ਹੁੰਦੀ ਹੈ, ਜੇ ਕਹਿੰਦੇ ਵੀ ਹਾਈਕੋਰਟ ਦੀ ਨਿਗਰਾਨੀ ਹੇਠਾਂ ਹੋਵੇ ਜਾਂ ਸੀ ਬੀ ਆਈ ਤੋਂ ਹੋਵੇ, ਤੁਹਾਨੂੰ ਲੱਗਦਾ ਕਿ ਅਗਰ ਇਹ ਪੰਜਾਬ ਦੇ ਵਿੱਚ ਜਾਂਚ ਹੁੰਦੀ ਹੈ ਤਾਂ ਹੌਚ ਪੌਚ ਹੋਏਗਾ, ਜਾਂ ਜਿਹਨੂੰ ਪੰਜਾਬੀ 'ਚ ਕਹਿੰਦੇ ਕਿ ਗੋਂਗੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੋਏਗੀ? ਸਿੱਧੂ ਸਾਹਿਬ, ਜਿਹੜਾ ਹੈਗਾ ਪੋਲੀਟੀਕਲ ਰਿਟੋਰਿਕ ਦੇ ਵਿੱਚ ਤਾਂ ਬਹੁਤ ਕੁਛ ਕਿਹਾ ਜਾ ਸਕਦਾ, ਵਾਪਰ ਵੀ ਸਕਦਾ ਨਹੀਂ ਵੀ ਵਾਪਰ ਸਕਦਾ, ਬਟ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸੈਂਟੀਮੈਂਟ ਜਿਹੜਾ ਡਰੱਗਸ ਦੇ ਖਿਲਾਫ਼ ਹੈ, ਔਰ ਜਿਸ ਤਰ੍ਹਾਂ ਪਿਛਲੇ ਜਦੋਂ ਅਕਾਲੀ ਦਲ ਦੇ ਮਿਨਿਸਟਰਸ ਕੈਨੇਡਾ ਔਰ US ਵਿੱਚ ਗਏ, ਜਿਹੜਾ ਉੱਥੋਂ ਵੀ ਰਿਜੈਂਟਮੈਂਟ ਦੇਖਣ ਨੂੰ ਆਈ ਹੈ, ਮੇਰੇ ਹਿਸਾਬ ਦੇ ਨਾਲ ਇਸ ਨੂੰ ਜਿਹੜੀ ਜੇ ਹੁਣ ਵੀ ਨਹੀਂ ਉੱਠਣਾ ਜੀ ਤੇ ਇਸ ਇਸ਼ੂ ਵਾਸਤੇ ਆਪਾਂ ਸੀਰੀਅਸਲੀ ਐਡਰੈਸ ਕਰਨਾ, ਫਿਰ ਬਹੁਤ ਲੇਟ ਹੋ ਜਾਊਗਾ ਤੇ ਫਿਰ ਸ਼ਾਇਦ ਰਿਪੇਅਰ ਨਹੀਂ ਹੋ ਸਕਦਾ ਜੀ। ਪਰ ਜਿਹੜੀ ਇਸ ਦੇ ਉੱਤੇ ਵੱਡੀ ਜਿਹੜੀ ਗੱਲ ਉਹ ਆ ਕਿ ਜਿਹੜੇ ਪੋਲੀਟੀਕਲ ਲੀਡਰਸ ਦੀ ਜਿਹੜੀ ਹੈਗੀ ਆ ਬੇਬਸੀ, ਉਹ ਸਾਹਮਣੇ ਨਜ਼ਰ ਆ ਰਹੀ ਹੈ ਕਿ ਉਹਨਾਂ ਨੂੰ ਆਪਣੇ ਜਿਹੜੇ ਹੈਗੇ ਆ ਇੰਸਟਰੂਮੈਂਟਸ ਉਹ ਕਿਹਨਾਂ ਨੂੰ ਸਿਲੈਕਟ ਕਰਦੇ। ਇਹ ਜਿਹੜਾ ਪੋਲੀਟੀਕਲ ਸਿਸਟਮ 'ਚ ਨਿਘਾਰ ਆਇਆ, ਮੈਂ ਪਹਿਲਾਂ ਵੀ ਤੁਹਾਡੇ ਇਸ ਜਿਹੜੇ ਪ੍ਰੋਗਰਾਮ ਰਾਹੀਂ ਗੱਲ ਕੀਤੀ ਕਿ ਜਿਹੜਾ ਪੋਲੀਟੀਕਲ ਜਿਹੜੀ ਪੋਲੀਟੀਕਲ ਸਿਸਟਮ ਦੇ ਵਿੱਚ ਆਈਡੀਓਲੋਜੀ ਬੇਸਡ ਜਿਹੜੀ ਸੀਗੀ ਪੋਲੀਟਿਕਸ ਨੂੰ ਸਿਸਟਮ ਜੋ ਹੇਠਾਂ ਗਿਆ ਹਟ ਕੇ ਇੰਡੀਵਿਜੂਅਲ ਜਿਹੜੀ ਹੈਗੀ ਆ ਬੇਸਡ ਪੋਲੀਟਿਕਸ ਹੋਣੀ ਸ਼ੁਰੂ ਹੋ ਗਈ, ਔਰ ਉਹਦੇ ਵਿੱਚ ਹਾਂਜੀ ਵੀ ਮੇਰੇ ਨੇੜ ਔਰ ਇੱਕ ਲੀਡਰ ਨੂੰ ਇਹ ਹੁੰਦਾ ਵੀ ਮੈਂ ਵਿਸ਼ਵਾਸ ਆਪਣੇ ਜਿਹੜੇ ਹੈਗੇ ਆ ਟਰਸਟਡ ਬੰਦੇ ਆਪਣੇ ਆਸ ਪਾਸ ਲਾ ਕੇ ਰੱਖਾਂ ਜੀ ਜੀ, ਔਰ ਫਿਰ ਉਹਨਾਂ ਟਰਸਟਡ ਬੰਦਿਆਂ ਦਾ ਪਤਾ ਨਹੀਂ ਉਹ ਅੱਗੇ ਕੀ ਕਰਦੇ ਨੇ, ਉਹ ਤੁਹਾਡੀ ਪਾਰਟੀ ਆਈਡੀਓਲੋਜੀ ਦੇ ਨਾਲ, ਜਿਵੇਂ ਜੋਸ਼ੀ ਸਾਹਿਬ ਨੇ ਹੁਣੇ ਗੱਲ ਕੀਤੀ ਕਿ ਕਦੇ ਬੀ ਜੇ ਪੀ ਦੇ ਲੀਡਰਸ ਇਸ ਇਹੋ ਜਿਹੇ ਇੱਕ ਐਲੀਗੇਸ਼ਨ ਦੇ ਸਾਹਮਣਾ ਉਹਨਾਂ ਨੂੰ ਫੇਸ ਹੁਣ ਕਿਉਂ ਕਰਨੀ ਪੈ ਰਹੀ ਹੈ, ਕਿਉਂਕਿ ਜਿਹੜੇ ਲੀਡਰਸ ਨੇ ਉਹਨਾਂ ਦੇ ਇੰਸਟਰੂਮੈਂਟਸ ਕੌਣ? ਔਰ ਸਾਰੀਆਂ ਪਾਰਟੀਆਂ ਦੇ ਵਿੱਚ ਇਹੀ ਪ੍ਰੋਬਲਮ ਹੈ, ਇਕੱਲੀ ਬੀ ਜੇ ਪੀ ਦੇ ਵਿੱਚ ਇਹ ਵੀ ਪ੍ਰੋਬਲਮ ਸੈਕੂਲਰ ਹੈ ਬਈ, ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਇਸ ਅਵਾਮ 'ਚ ਸਾਰੇ ਨੰਗੇ ਆ। ਹਾਂਜੀ, ਕਿ ਉਹਨਾਂ ਨੂੰ ਆਪਣੇ ਜਿਹੜੇ ਹੈਗੇ ਆ ਜਿਹੜੇ ਜਿਹਨਾਂ ਨਾਲ ਰਾਫਤਾ ਲੋਕਾਂ ਦੇ ਨਾਲ ਕਰਨਾ ਵਾ, ਔਰ ਜਿਸ ਤਰੀਕੇ ਦੇ ਨਾਲ ਗੰਧੜੀ ਪੋਲੀਟਿਕਸ, ਮਰਕੀ ਪੋਲੀਟਿਕਸ, ਔਰ ਜਿਸ ਤਰ੍ਹਾਂ ਮਸਲ ਔਰ ਮਨੀ ਪਾਵਰ ਯੂਜ਼ ਹੁੰਦਾ ਉਹਦੇ ਵਿੱਚ, ਇਹੋ ਜਿਹੇ ਐਲੀਮੈਂਟ ਜਿਹੜੇ ਕ੍ਰਾਈਮ ਨਾਲ ਰਿਲੇਟਡ ਨੇ ਉਹਨਾਂ ਦੀ ਜਿਹੜੀ ਐਮਰਜੈਂਸ ਹੋ ਰਹੀ ਹੈ, ਸਪੈਸ਼ਲੀ ਇਹ ਜਿਹੜਾ ਬਹੁਤ ਖਤਰਨਾਕ ਬੰਦੇ ਜੀ, ਮੈਂ ਤੁਹਾਡੇ ਕੋਲ ਜਿਹੜੀ ਜੀ ਸਰ ਜਗਤਾਰ ਸਿੰਘ ਜੀ, ਮੈਂ ਆਪਣੇ ਚੈਨਲ ਦੇ ਰਾਹੀਂ ਆਪਣੇ ਜਿਹੜੇ ਵੀਰ ਬਾਹਰ ਬੈਠੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਜੀ, ਉਹਨਾਂ ਦੇ ਚਰਨਾਂ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਅੱਜ ਦੇਖੋ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ ਨਸ਼ਿਆਂ ਦੇ ਉੱਪਰ, ਜਿੱਥੇ ਛੋਟੇ ਵੀਰੋ ਭਰਾਵੋ ਜਿੱਥੇ ਤੁਸੀਂ ਬੈਠੇ ਹੋ, ਇਹ ਤੁਸੀਂ SMS ਕਰਕੇ ਹਿੰਦੁਸਤਾਨ ਦੀ ਸਰਕਾਰ ਨੂੰ ਜਗਾਓ, ਖਾਸ ਕਰਕੇ ਨਰਿੰਦਰ ਮੋਦੀ ਜੀ ਨੂੰ ਇਹ SMS ਕੀਤੇ ਜਾਣ ਕਿ ਅੱਜ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ, ਇੱਕ ਜਿਹੜੀ ਪਾਰਟੀ ਜਿਹੜੀ ਹਕੂਮਤ ਕਰ ਰਹੀ ਹੈ ਉਹ ਕੀ ਕਰ ਰਹੀ ਹੈ, ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਕਿੱਧਰ ਨੂੰ ਜਾ ਰਹੀ ਹੈ, ਕਿਉਂ ਜਾ ਰਹੀ ਹੈ, ਉਹਨਾਂ ਦੇ ਵਾਸਤੇ ਹਰ ਨਾਗਰਿਕ ਦੀ ਇੱਕ ਸਮੱਸਿਆ ਹੋਰ ਵੀ ਹੈ ਕਿ ਕਈ ਵਾਰੀ ਜਿਹੜੇ ਅਕਾਲੀ ਦਲ ਅਤੇ BJP ਦੇ ਨੇਤਾ ਉਹ ਇਹ ਵੀ ਐਲੀਗੇਸ਼ਨ ਲਾਉਂਦੇ ਕਿ ਕਾਂਗਰਸ ਦੇ ਵੀ ਕਈ ਨੇਤਾ ਇੱਦਾਂ ਦੀ ਸਮਗਲਿੰਗ ਦਾ ਇੱਦਾਂ ਦਾ ਕਾਰੋਬਾਰ ਦੇ ਵਿੱਚ ਇਨਵੋਲਵ ਨੇ। ਦੇਖੋ ਜੋ ਇਹਨਾਂ ਨੇ ਐਲੀਗੇਸ਼ਨ ਲੱਗਣਾ ਇਹ ਗੱਲ ਹੋਰ ਹੈ, ਐਵੀਡੈਂਸ ਆਉਣੀ ਹੋਰ ਗੱਲ ਹੈ, ਐਲੀਗੇਸ਼ਨ ਤਾਂ ਹਮੇਸ਼ਾ ਹੀ ਲੱਗਦੇ ਰਹਿੰਦੇ, ਐਲੀਗੇਸ਼ਨ ਇਜ਼ ਐਲੀਗੇਸ਼ਨ, ਓਕੇ, ਇਹ ਤਾਂ ਐਵੀਡੈਂਸ ਆ ਰਹੀ ਹੈ ਜੀ। ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ, ਚਾਹੇ ਲਾਗੂ ਹੁੰਦਾ ਹੈ ਸਭ ਤੇ, ਚਾਹੇ ਅਕਾਲੀ ਦਲ ਦਾ ਲੀਡਰ ਹੈ ਉਹ, ਚਾਹੇ ਕਾਂਗਰਸ ਦਾ, ਚਾਹੇ BJP ਦਾ, ਅਗਰ ਕਿਸੇ ਦੇ ਖਿਲਾਫ਼ ਕੋਈ ਐਵੀਡੈਂਸ ਆਉਂਦੀ ਹੈ, ਮੈਂ ਸਮਝਦਾ ਹਾਂ ਕਿ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਉਹਨੂੰ ਸਖਤੀ ਦੇ ਨਾਲ ਕੁਚਲਣਾ ਚਾਹੀਦਾ ਹੈ। ਸਾਡੇ ਕੋਲ ਸਮਾਂ ਵੀ ਘੱਟ ਹੈ ਵੀਰ ਜੀ, ਇੱਕ ਇਸ਼ੂ ਬੜਾ ਉੱਭਰ ਕੇ ਆ ਰਿਹਾ ਬਾਰ ਬਾਰ, ਜਿਹੜਾ ਪਿੰਕੀ ਜੀ ਨੇ ਵੀ ਗੱਲ ਕੀਤੀ ਹੈ, ਉਹਦੇ 'ਚ ਇਹ ਹੈ ਕਿ
ਅਤੇ ਜਿਹੜੇ ਤੁਹਾਡੇ ਅਲਾਈਵ ਨੇ ਅਕਾਲੀ ਦਲ ਲੀਡਰਸ਼ਿਪ ਦਾ ਵੀ ਇੱਕ ਹਿੱਸਾ ਜਿਹੜਾ ਹੈਗਾ ਜ਼ੋਰਦਾਰ ਮੰਗ ਕਰ ਰਿਹਾ ਕਿ ਵੀ ਇਹਨਾਂ ਨੂੰ ਪ੍ਰਧਾਨਗੀ ਤੋਂ ਪਾਸੇ ਹੋ ਜਾਣਾ ਚਾਹੀਦਾ। ਅਗਰ ਸਾਫ਼ ਸੁਥਰੇ ਹੋਣਗੇ ਤਾਂ ਦੁਬਾਰਾ ਆ ਸਕਦੇ। ਲੱਗਦਾ ਨਹੀਂ ਕਿ ਜਦੋਂ ਇੱਦਾਂ ਦੀ ਕੰਟਰੋਵਰਸੀ ਛਿੜੀ ਹੈ ਤਾਂ ਕਮਲ ਸ਼ਰਮਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਪਾਸੇ ਹੋ ਜਾਣਾ ਚਾਹੀਦਾ। ਇਹਦਾ ਡਿਸੀਜਨ ਤਾਂ ਉਹ ਆਪ ਹੀ ਕਰਨਗੇ ਜੀ, ਅਸੀਂ ਕਿਆ ਕਹੀਏ। ਕਮਲ ਸ਼ਰਮਾ ਦੇ ਪੀਏ ਦੇ ਉੱਪਰ ਸਾਰੀ ਗੱਲਾਂ ਆ ਰਹੀਆਂ, ਉਹਦੇ ਆਸ ਪਾਸ ਤਿੰਨ ਲੋਕਾਂ ਦੇ ਉੱਪਰ ਗੱਲ ਆ ਰਹੀ ਹੈ, ਪਰ ਕਮਲ ਸ਼ਰਮਾ ਜੀ ਦੇ ਉੱਪਰ ਕਿੱਥੇ ਗੱਲ ਆ ਰਹੀ ਹੈ? ਕਿਤੇ ਕਿਸੇ ਨੇ ਕਿਹਾ ਮੈਂ ਕਮਲ ਸ਼ਰਮਾ ਜੀ ਨੂੰ ਪੈਸੇ ਦਿੱਤੇ ਆ, ਜਾਂ ਕਿਸੇ ਨੇ ਕਿਹਾ ਵੀ ਕਮਲ ਸ਼ਰਮਾ ਜੀ ਤੋਂ ਕੁਛ ਫੜਿਆ ਗਿਆ, ਕਮਲ ਸ਼ਰਮਾ ਜੀ ਕਿਸੇ ਨੂੰ ਦਿੱਤਾ? ਕਿਤੇ ਵੀ ਇਹ ਗੱਲ ਨਹੀਂ, ਗੱਲ ਹੈ, ਲੋਕ ਹੀ ਕਹਿਣਗੇ ਜਿਹੜੇ ਇਹ ਕਹਿ ਰਹੇ, ਬਾਕੀ ਕਹਿਣਗੇ। ਪਰ ਮੈਂ ਗੱਲ ਹੈ ਕਿ ਪੰਜਾਬ ਪੁਲਿਸ ਜਿਹੜੀ ਹੈ ਬੜੀ ਅੰਡਰ ਪ੍ਰੈਸ਼ਰ ਕੰਮ ਕਰ ਰਹੀ ਹੈ। ਮੈਂ ਕਹਿਣਾ ਚਾਹੁੰਦਾ ਕਿ ਇਹਦੀ ਇਨਕੁਆਇਰੀ ਸੀਬੀਆਈ ਤੋਂ ਹੋਣੀ ਚਾਹੀਦੀ ਹੈ, ਹਾਈ ਕੋਰਟ ਦੇ ਜੱਜ ਨੂੰ ਮੋਨੀਟਰ ਕਰਨ। ਮੈਂ ਕਹਿਣਾ ਚਾਹੁੰਦਾ ਬਾਹਰ ਗੱਲ ਹੈ, ਪੰਜਾਬ ਕਾਂਗਰਸ ਸੀਰੀਅਸ ਬਹੁਤ ਹੈ ਇਸ ਇਸ਼ੂ ਦੇ ਉੱਪਰ, ਇਹ ਮੈਨੂੰ ਵੀ ਪਤਾ ਹੈ, ਠੀਕ ਹੈ। ਦੋ ਦਿਨ ਅਖਬਾਰਾਂ 'ਚ ਬਿਆਨ ਦੇ ਕੇ ਬਹਿ ਗਏ ਨੇ, ਠੀਕ ਹੈ। ਇੰਨੇ ਸੀਰੀਅਸ ਸੀ ਤਾਂ ਪਾਰਲੀਮੈਂਟ ਚੱਕ ਲੈਂਦੇ ਇਸ਼ੂ, ਠੀਕ ਹੈ ਜੀ। ਉੱਥੇ ਤਾਂ ਚੱਕਿਆ ਨਹੀਂ ਸੀਬੀਆਈ ਨੇ ਕੋਈ, ਇੱਥੇ ਅੱਜ ਚੈਨਲ 'ਤੇ ਗੱਲ ਕਰੀ, ਕੋਈ ਗੱਲ ਫਿਰ ਦੁਬਾਰਾ ਗੱਲ ਐਡਮਿਟ ਕੀਤੀ ਹੈ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਦੋ ਪੜਾਅ ਵਿੱਚ ਚਰਚਾ ਕਰ ਰਹੇ ਹਾਂ ਇਸ ਮੁੱਦੇ ਦੇ ਉੱਤੇ ਕਿ ਪੰਜਾਬ ਦੇ ਅੰਦਰ ਜਿਹੜਾ ਨਸ਼ਿਆਂ ਦਾ ਕਾਰੋਬਾਰ ਹੈ, ਜਿਸ ਤਰੀਕੇ ਨਾਲ ਪੰਜਾਬ ਨੂੰ ਹਲੂਣਾ ਦਿੱਤਾ ਗਿਆ, ਜਿਸ ਤਰੀਕੇ ਨਾਲ ਪੰਜਾਬ ਇਸ ਵੇਲੇ ਨਸ਼ਿਆਂ 'ਚ ਡੁੱਬਿਆ ਰਿਹਾ, ਉਹਦੇ ਲਈ ਕਿੱਦਾਂ ਦੀ ਲੀਡਰਸ਼ਿਪ ਦੀ ਜ਼ਿੰਮੇਵਾਰੀ ਹੈ, ਤਾਂ ਨੈਤਿਕ ਤੌਰ 'ਤੇ ਕਿੰਨੀ ਕੁ ਜ਼ਿੰਮੇਵਾਰੀ ਉਹ ਨਿਭਾਉਣ ਨੂੰ ਤਿਆਰ ਹੈ, ਇਹ ਦੋ ਪੜਾਅ ਵਿੱਚ ਚਰਚਾ ਜਿੱਥੇ ਸਾਡੇ ਮਹਿਮਾਨ ਸ਼ਾਮਿਲ ਹੋਏ ਹੈ, ਮੈਂ ਪਹਿਲੇ ਪੜਾਅ ਦੇ 'ਚ ਹਾਜ਼ਰ ਹੋਣ ਦੇ ਲਈ ਉਹਨਾਂ ਦਾ ਧੰਨਵਾਦੀ ਹਾਂ, ਔਰ ਮੈਂ ਦਰਸ਼ਕਾਂ ਨੂੰ ਵੀ ਇਸ ਗੱਲ ਦੇ ਲਈ ਜਿਹੜੀ ਹੈਗੀ ਹੈ ਸੁਨੇਹਾ ਦੇਵਾਂਗਾ ਕਿ ਦੂਜੇ ਪੜਾਅ ਦੀ ਚਰਚਾ ਵੀ ਇਸ ਮੁੱਦੇ 'ਤੇ ਤੁਸੀਂ ਦੇਖਣਾ ਨਾ ਭੁੱਲਣਾ, ਔਰ ਇਹਦੇ ਲਈ ਕੋਈ ਵੀ ਆਪਣੀ ਰਾਏ ਦੇਣ ਦੇ ਲਈ ਸਾਡੇ ਪ੍ਰੋਗਰਾਮ ਦਾ ਪਤਾ ਹੈ ਜਗਤਾਰ ਸਿੱਧੂ @globalpanjabtv.com।